ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤਪਾਲ ਮਹਿਰੋ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ, ਉਹਦੇ ਵਿੱਚ ਉਹਨੇ ਜਿਹੜਾ ਬਕਵਾਸ ਕੀਤਾ ਅਤੇ ਫੁਕਰੀਆਂ ਮਾਰੀਆਂ ਨੇ, ਉਹ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਵੀ ਇਹ ਬੰਦੇ ਆਪਣੀ ਔਕਾਤ ਤੋਂ ਕਿੱਡੀਆਂ ਵੱਡੀਆਂ ਗੱਲਾਂ ਕਰਦੇ। ਕਹਿੰਦਾ ਮੈਨੂੰ DSP ਨੇ ਧਮਕੀਆਂ ਦਿੱਤੀਆਂ, ਕਿਸੇ ਬੰਦੇ ਤੋਂ ਫੋਨ ਕਰਾਇਆ ਕਿ 10 ਲੱਖ ਰੁਪਈਆ ਦਿਓ ਅਤੇ 1/2 ਕਿਲੋ ਸੋਨਾ ਜਿਹੜਾ ਬਾਬਾ ਫੜਿਆ ਸੀ ਬਲਜਿੰਦਰ ਚਰਨ ਘਾਟ ਵਾਲਾ, ਕਹਿੰਦਾ ਉੱਥੇ ਪਿਆ ਉਹ ਸੋਨਾ ਚਾਹੀਦਾ। ਅੱਛਾ, ਫਿਰ ਉਹ ਪ੍ਰੈਸ ਕਾਨਫਰੰਸ ਕਰਦਾ ਹੋਇਆ ਮੀਡੀਆ ਦੇ ਸਾਹਮਣੇ ਬੂਕੀ ਜਾਂਦਾ, ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਰੋਈ ਜਾਂਦਾ। ਕਹਿੰਦਾ ਸਾਰੇ ਸਿੱਖਾਂ ਨੂੰ ਪਤਾ ਹੈ ਮੇਰਾ ਕੋਈ ਸਾਥ ਨਹੀਂ ਦਿੰਦਾ, ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬਲਾਤਕਾਰ ਹੋਇਆ, ਇਹ ਬਹੁਤ ਭੈੜੀ ਹਰਕਤ ਹੈ। ਇਹ ਗੱਲਾਂ ਕਰਕੇ ਇਮੋਸ਼ਨਲ ਲੋਕਾਂ ਨੂੰ ਕਰਨ ਦੀ ਕੋਸ਼ਿਸ਼ ਕਰਦੇ ਨੇ ਲੋਕ। ਮੈਂ 2 ਬੇਨਤੀਆਂ ਕਰਨੀਆਂ ਨੇ ਵੀ ਤੁਸੀਂ ਠੇਕਾ ਲਿਆ ਹੋਇਆ, ਤੁਹਾਡੇ ਕੋਲ ਪਾਵਰ ਹੈ, ਕੋਈ ਅਥੋਰਿਟੀ ਹੈ। ਸਿੱਧਾ ਕਹੀ ਜਾਂਦਾ ਜੇ ਬਾਬਾ ਬਾਹਰ ਆ ਗਿਆ ਅਸੀਂ ਕਹਿੰਦੇ ਗੱਡੀ ਚਾੜ ਦਿਆਂਗੇ, ਹੁਣ ਇਹ ਕੀ ਹੈ, ਇਹ ਗੁੰਡਾਗਰਦੀ ਨਹੀਂ ਹੈਗੀ। ਦੂਜੀ ਗੱਲ, ਉਹ ਕੁੜੀ ਦੀ ਅੱਜ ਮੈਂ ਵੀਡੀਓ ਦੁਬਾਰਾ ਫਿਰ ਸੁਣੀ ਹੈ, ਇਹਨੇ ਆਪਣੀ ਗੱਡੀ 'ਚ ਬਹਾ ਕੇ ਉਹ ਕੁੜੀ ਤੋਂ ਬੁਲਾਇਆ, ਹੁਣ ਕੁੜੀ ਹੋ ਗਈ ਉਲਟ। ਉਹ ਕੁੜੀ ਕਹਿੰਦੀ ਮੈਥੋਂ ਅੰਮ੍ਰਿਤਪਾਲ ਨੇ ਧੱਕੇ ਦੇ ਨਾਲ ਇਹ ਸਭ ਕੁਝ ਬੁਲਵਾਇਆ। ਜਿਹੜੀ ਉਹ ਵੀਡੀਓ ਹੁਣ ਲੋਕਾਂ ਨੂੰ ਸੁਣਾ ਰਿਹਾ, ਆਡੀਓ ਕਾਲਾਂ ਸੁਣਾ ਰਿਹਾ, ਉਹ ਕੁੜੀ ਹੁਣ ਸਾਹਮਣੇ ਆ ਨਹੀਂ ਰਹੀ। ਪਹਿਲੀ ਗੱਲ ਤਾਂ ਮੈਂ ਇੱਕ ਬੇਨਤੀ ਇਹ ਕਰਨੀ ਹੈ ਵੀ ਜਿਹੜੀ ਕੁੜੀ ਉਹ ਬਾਬੇ ਨੂੰ ਫਸਾਉਣ ਵਾਸਤੇ ਇਹ ਤਾਣਾ ਬਾਣਾ ਬੁਣ ਸਕਦੀ ਹੈ, ਬਾਬੇ ਤੋਂ 5-7 ਲੱਖ ਰੁਪਈਆ ਲੈਣਾ ਹੋਣਾ, 10 ਲੱਖ ਲੈਣਾ ਹੋਣਾ, ਅਤੇ ਜੇ ਹੁਣ ਉਹਨੂੰ ਵੱਧ ਮਿਲ ਗਿਆ ਉਹ ਦੂਜੇ ਪਾਸੇ ਜਾ ਸਕਦੀ ਹੈ, ਇਹ ਕੋਈ ਸ਼ੱਕ ਥੋੜ੍ਹੀ ਇਹਨਾਂ ਗੱਲਾਂ 'ਚ। ਮੈਂ ਬੇਨਤੀ ਇਹ ਕਰਨੀ ਹੈ ਕਿ ਉਹ ਕੁੜੀ ਦੀ ਜਿਹੜੀ ਵੀਡੀਓ ਅੰਮ੍ਰਿਤਪਾਲ ਨੇ ਗੱਡੀ 'ਚ ਬਹਾ ਕੇ ਬਣਾਈ ਹੈ, ਉਹ ਕੁੜੀ ਵੀਰ ਜੀ ਕਰੀ ਜਾਂਦੀ ਹੈ। ਦੂਜੇ ਪਾਸੇ ਸ਼ਰੇਆਮ ਕਹਿੰਦੀ ਹੈ ਕਿ ਬਾਬੇ ਦੇ ਕੋਲ ਮੈਂ ਆਪਣੀ ਮਰਜ਼ੀ ਨਾਲ ਜਾਂਦੀ ਰਹੀ ਹਾਂ, ਬਾਬਾ ਮੈਨੂੰ ਵਿਆਹ ਕਰਾਉਣ ਨੂੰ ਕਹਿੰਦਾ ਸੀ ਅਤੇ ਬਾਬਾ ਹੁਣ ਮੁੱਕਰ ਗਿਆ, ਅਤੇ ਬਾਬੇ ਦੀ ਗਾਹ ਮੈਰਿਜ ਹੋਈ ਹੈ, ਬਾਬੇ ਦੇ ਗਾਹ ਬੱਚੇ ਵੀ ਹੈ। ਕੀ ਜੇ ਕਿਸੇ ਹੋਰ ਬੰਦੇ ਨਾਲ ਇਹ ਘਟਨਾ ਵਾਪਰੀ ਹੋਵੇ ਤਾਂ ਇੱਦਾਂ ਕੋਈ ਬਰਦਾਸ਼ਤ ਕਰ ਸਕਦਾ? ਮੈਂ ਬੇਨਤੀ ਤੁਹਾਨੂੰ ਇੱਕ ਇਹਦੇ ਨਾਲ ਹੋਰ ਕਰ ਦਿੰਦਾ ਕਿ ਪੰਜਾਬ ਦੇ ਵਿੱਚ ਜਿੰਨੇ ਬਾਬੇ ਨੇ, ਜੇ ਤੁਸੀਂ ਸਾਰਿਆਂ ਨੂੰ ਇਕੱਠੇ ਕਰ ਲਓਗੇ ਉਹ ਸਾਰੇ ਭਲੇ ਮਾਣਸ ਨੇ। ਜਿੰਨਾ ਕੁ ਮੈਂ ਇਹਨਾਂ ਬਾਬਿਆਂ ਦੇ ਨੇੜੇ ਹੋ ਕੇ ਦੇਖਿਆ, ਇਹਨਾਂ ਨੇ ਆਪਣੇ ਡੇਰਿਆਂ ਦੇ ਵਿੱਚ ਕੁੜੀਆਂ ਬਣਾ ਕੇ ਰੱਖੀਆਂ ਹੋਈਆਂ ਸੀ, ਉਹਨਾਂ ਦੇ ਵਿਆਹ ਕੀਤੇ, ਉਹਨਾਂ ਨੇ ਮੂੰਹ ਕਾਲੇ ਕੀਤੇ ਹੋਏ ਆ। ਜੇ ਕੋਈ ਥੋੜ੍ਹਾ ਜਿਹਾ ਆਕੜੂਗਾ ਮੈਂ ਨਾਂ ਲੈ ਦੂੰ ਬਾਬੇ ਦਾ, ਫਿਰ ਜਾ ਕੇ ਸੋਧਾ ਲਾ ਦਿਓ ਉਹਨੂੰ। ਕੁੜੀ ਦਾ ਵਿਆਹ ਕਰਤਾ, ਸ਼ਰੇਆਮ ਕੁੜੀ ਦੇ ਘਰ ਵਾਲਾ ਬਾਹਰ ਪੈਂਦਾ ਰਿਹਾ ਅਤੇ ਉਹ ਬਾਬਾ ਕੁੜੀ ਨੂੰ ਆਪਣੇ ਕਮਰੇ ਵਿੱਚ ਪਾਉਂਦਾ ਰਿਹਾ, ਧੀ ਬਣਾ ਕੇ ਉਹ ਕੁੜੀ ਬਾਪੂ ਕਹਿੰਦੇ ਰਹੀ ਉਹਨੂੰ। ਇਹੋ ਜਿਹੇ ਕੇਸ ਵੀ ਪਏ ਨੇ, ਹਾਲਾਂਕਿ ਇਹ ਮਹਿਰੋ ਵਰਗਿਆਂ ਨੂੰ ਪਤਾ ਇਹਨਾਂ ਕੇਸਾਂ ਦਾ ਵੀ ਇਹ ਕੌਣ ਨੇ ਬੰਦੇ, ਅਤੇ ਉੱਥੇ ਕਿਉਂ ਨਹੀਂ ਡਾਂਗ ਚੱਲਦੀ ਤੁਹਾਡੀ? ਹੁਣ ਗੇਮ ਜਿਹੜੀ ਬਣਾਈ ਸੀ ਬਲੈਕਮੇਲ ਕਰਨ ਦੀ, ਉਹ ਗੇਮ ਕਾਮਯਾਬ ਹੋਈ ਨਹੀਂ, ਹੁਣ ਸਾਰਾ ਕੁਛ ਉਲਟ ਪੈ ਗਿਆ। ਦੂਜੀ ਗੱਲ, ਹੁਣ ਜਿਹੜੀ ਪੁਲਿਸ ਹੈ ਸਾਡੀ,
ਅਤੇ ਜੇ ਕੋਈ ਬੰਦਾ ਪੁਲਿਸ ਨੂੰ ਚੈਲੰਜ ਕਰੇ ਤਾਂ ਪੁਲਿਸ ਕਿਵੇਂ ਬਰਦਾਸ਼ਤ ਕਰੂਗੀ ਬਈ? ਤੁਹਾਡੇ ਕੋਲ ਪਾਵਰ ਕੀ ਹੈ? ਹੁਣ ਜੇ ਉਹ ਕੁੜੀ ਅੰਮ੍ਰਿਤਪਾਲ ਕੋਲ ਗਈ ਹੈ, ਮੈਰੋ ਕੋਲ ਗਈ ਆ, ਤਾਂ ਕੀ ਅੰਮ੍ਰਿਤਪਾਲ ਜ਼ਿਲ੍ਹੇ ਦਾ SSP ਹੈ, ਕੋਈ MLA ਹੈ, ਪੰਚਾਇਤ ਮੈਂਬਰ ਹੈ, ਸਰਪੰਚ ਹੈ, ਕੋਈ MC ਹੈ, ਕੋਈ ਕੀ ਹੈ ਉਹ? ਫਿਰ ਉਹਦੀਆਂ ਫੁਕਰੀਆਂ ਸੁਣ ਲਓ। ਇੱਕ ਪ੍ਰੋਡਿਊਸਰ ਦੀ ਉਹ ਗੱਲ ਕਰਦਾ ਸੀ, ਕਹਿੰਦਾ ਮੇਰੇ ਕੋਲ ਜੋ ਕੁਝ ਹੈਗਾ ਮੈਂ ਸਾਰਾ ਪ੍ਰੋਡਿਊਸਰ ਨੂੰ ਦੇ ਦਊਂ। ਵੀ ਤੇਰਾ ਕੋਈ ਕਾਰੋਬਾਰ ਹੈ? ਜੇ ਤੇਰੇ ਕੋਲ 2-4 ਗੱਡੀਆਂ ਨੇ, ਕੋਈ ਘਰ ਬਣਾ ਲਿਆ, 20-30 ਲੱਖ ਰੁਪਈਆ ਹੈਗਾ, ਉਹ ਤੇਰਾ ਥੋੜ੍ਹੀ ਹੈ? ਲੋਕਾਂ ਤੋਂ ਇਕੱਠਾ ਕੀਤਾ ਹੋਇਆ, ਚੜਾਵੇ ਚੜੇ ਹੋਏ ਨੇ ਲੋਕਾਂ ਦੇ, ਇੱਦਾਂ ਬਲੈਕਮੇਲ ਕਰਕੇ ਪੈਸੇ ਇਕੱਠੇ ਕੀਤੇ ਹੋਏ ਆ, ਅਤੇ ਤੁਸੀਂ ਚਾਹੁੰਦੇ ਕਿਉਂ ਇਹ ਫੁਕਰੀਆਂ ਮਾਰ ਕੇ? ਉੱਥੇ ਬੁੱਕ ਹੀ ਜਾਂਦਾ, ਮੇਰਾ ਕੋਈ ਸਾਥ ਨਹੀਂ। ਕਿਉਂ ਸਾਥ ਦੇ ਬਈ ਤੇਰਾ? ਤੂੰ ਕਿਤੇ ਪੁੱਛ ਕੇ ਬਾਬੇ ਨਾਲ ਪੰਗਾ ਲਿਆ ਸੀ? ਉਹ ਤਾਂ ਫਿਰ ਸਾਲ ਨੂੰ ਆ ਜਾਉ, 5-4 ਮਹੀਨੇ ਨੂੰ ਹੋ ਸਕਦਾ ਜਮਾਨਤ ਹੋ ਜਾਵੇ, ਬਾਹਰ ਆ ਜਾਵੇ। ਉਹਦੇ ਵਿੱਚ ਕੀ ਹੈ ਕਿ ਜਿਹੜੀ ਕੁੜੀ ਆ ਉਹ ਸ਼ਰੇਆਮ ਕਹਿ ਰਹੀ ਹੈ, ਉਹਦੀ ਰਜ਼ਾਮੰਦੀ ਸੀ, ਅਤੇ ਹੁਣ ਤੁਸੀਂ ਇਹਨੂੰ ਕਿਹੜੇ ਖੂਹ ਖਾਤੇ ਪਾਓਗੇ? ਹੁਣ ਉਹ ਕੁੜੀ ਉਲਟ ਹੋ ਗਈ। ਜੇ ਉਹ ਕੁੜੀ ਦੇ ਬਿਆਨ ਸਹੀ ਨੇ, ਪੁਲਿਸ ਨੇ ਉਹ ਬਿਆਨ ਦਰਜ ਕਰਕੇ ਅੰਮ੍ਰਿਤਪਾਲ ਦੇ ਅੰਮ੍ਰਿਤਪਾਲ ਮੇਰੇ 'ਤੇ ਕਾਰਵਾਈ ਹੋਊਗੀ, ਹੋਣੀ ਵੀ ਚਾਹੀਦੀ ਹੈ। ਇਹੋ ਜਿਹੇ ਗੁੰਡਾਗਰਦੀ ਕਰਨ ਵਾਲੇ, ਜੇ ਤੁਸੀਂ ਸਿੱਖ ਕੌਮ ਦੇ ਇੱਕ ਨੁਮਾਇੰਦੇ ਹੋ ਕੇ, ਇੱਕ ਕਹਿ ਲਈਏ ਸਿੱਖ ਕੌਮ ਨੂੰ ਤੁਸੀਂ ਲੀਡ ਕਰਦੇ ਹੋ, ਫਿਰ ਪੱਤਰਕਾਰ ਸਵਾਲ ਕਰਦੇ ਕਿ ਅਕਾਲ ਤਖ਼ਤ 'ਤੇ ਕਿਉਂ ਨਹੀਂ ਜਾਂਦੇ? ਕਹਿੰਦਾ ਉੱਥੇ ਤਾਂ ਮੈਂ ਜਾਣਾ ਨਹੀਂ। ਪੁਲਿਸ ਕੋਲ ਕਿਉਂ ਨਹੀਂ ਜਾਂਦੇ? ਕਹਿੰਦਾ ਉੱਥੇ ਵੀ ਮੈਂ ਜਾਣਾ ਨਹੀਂ। ਜਾਣੀ ਕਿ ਫਿਰ ਜੋ ਤੂੰ ਕੁਝ ਕਰੇਗਾ ਅਤੇ ਉਹਦੇ ਮੁਤਾਬਕ ਤੂੰ ਚੱਲਣਾ ਚਾਹੁੰਦਾ। ਕਹਿੰਦਾ ਅਸੀਂ ਕਾਨੂੰਨ ਨੂੰ ਤਾਂ ਮੰਨਦੇ ਹੀ ਨਹੀਂ, ਕਾਨੂੰਨ ਤੋਂ ਪਾਸੇ ਹੋ ਕੇ ਗੱਲ ਕਰਦੇ ਹੋ। ਜੇ ਕਾਨੂੰਨ ਤੋਂ ਪਾਸੇ ਹੋ ਕੇ ਗੱਲ ਕਰਦੇ ਹੋ ਫਿਰ ਪਿੱਟੀ ਕਿਉਂ ਜਾਂਦੇ ਹੋ? ਫਿਰ ਕਾਨੂੰਨ ਤਾਂ ਆਪਣਾ ਕੰਮ ਕਰੂਗਾ ਨਾ। ਜੇ DSP ਨੂੰ SSP ਨੂੰ ਤੂੰ ਚੈਲੰਜ ਕਰੇਗਾ ਫਿਰ ਉਹਨੇ ਤਾਂ ਆਪਣਾ ਕੰਮ ਕਰਨਾ। ਅੱਗੇ ਅੰਮ੍ਰਿਤਪਾਲ ਨਹੀਂ, ਦੂਜਾ ਜਿਹੜਾ ਡਿਬਰੂਗੜ੍ਹ ਬੈਠਾ ਉਹ ਪਿੱਟਦਾ ਸੀ, ਮੈਂ ਕਾਨੂੰਨ ਨੂੰ ਮੰਨਦਾ ਨਹੀਂ। ਅਤੇ ਦੱਸਦਾ ਫਿਰ ਕਾਨੂੰਨ ਦਾ ਰੰਗ ਕੀ ਹੁੰਦਾ, ਕਾਨੂੰਨ ਦੀ ਜ਼ਰੂਰਤ, ਕਾਨੂੰਨ ਦੀ ਪਾਵਰ ਕੀ ਹੁੰਦੀ, ਦੱਸਦਾ ਫਿਰ। ਹੁਣ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਹੈ ਨਾ, ਇਹ ਆਪਦੇ ਜਾਣੇ ਨੇ ਤੜੀ ਵਿੱਚ ਕੀਤੀ ਹੈ ਕਿ ਮੈਂ ਦੱਸਦਾ। DGP ਲੈ, ਕਹਿੰਦਾ ਮੈਂ ਕਿਉਂ ਜਾਵਾਂ? DGP ਕਹਿੰਦਾ ਮੇਰੇ ਕੋਲ ਆਵੇ, ਦੇਖੋ ਇਹਨਾਂ ਲੋਕਾਂ ਦੀ ਔਕਾਤ। DGP ਤੇਰੇ ਕੋਲ ਕਿਉਂ ਆਊਗਾ ਬਈ? ਜਦੋਂ ਉਹਨਾਂ ਕੋਲ ਕੋਈ ਲਿਖਤੀ ਰੂਪ ਵਿੱਚ ਜਾਊਗਾ ਕੁਛ, ਉਹ ਤਾਂ ਉਦੋਂ ਆਉਣਗੇ। ਜਹਿਦਾਰ ਕਹਿੰਦਾ ਕਿ ਲਿਖਤੀ ਰੂਪ ਵਿੱਚ ਦਿਓ, ਚਾਹੋ ਉਹਨਾਂ ਦਾ ਕੋਈ ਸਿਸਟਮ ਹੈ ਔਫਿਸ ਦਾ, ਜਾਓ ਲਿਖ ਕੇ ਦਿਓ। ਜੇ ਫਿਰ ਨਹੀਂ ਆਉਂਦੇ ਫਿਰ ਤੂੰ ਕਹਿ ਸਕਦਾ। DGP ਨੂੰ ਲਿਖ ਕੇ ਦਿੰਦਾ ਤੂੰ, DSP ਨੂੰ ਦਿੰਦਾ, SSP ਨੂੰ ਦਿੰਦਾ, DC ਨੂੰ ਦਿੰਦਾ। ਜੇ ਫਿਰ ਨਾ ਉਹ ਕਾਰਵਾਈ ਕਰਦੇ ਫਿਰ ਤੂੰ ਕਹਿ ਸਕਦਾ ਸੀ। ਤੂੰ ਤਾਂ ਆਪਣੇ ਆਪ ਮਹਾਰਾਜੀਤ ਸਿੰਘ ਬਣੇ ਬੈਠਾ, ਮੀਡੀਆ ਸੱਦ ਲਿਆ, ਮੈਂ ਤਾਂ ਇੱਦਾਂ ਹੀ ਕਰੂੰ, ਇੱਦਾਂ ਕਿੱਦਾਂ ਕਰੇਗਾ? ਅਗਲਿਆਂ ਨੇ ਡੰਡਾ ਚਾੜ ਦੇਣਾ। ਹੁਣ ਸ਼ਰੇਆਮ ਪਤਾ ਵੀ ਜਿਹੜੀ ਉਹ ਕੁੜੀ ਆ ਉਲਟ ਹੋ ਗਈ, ਅਤੇ ਹੁਣ ਪਰਚਾ ਹੋਣਾ ਹੀ ਹੋਣਾ। ਹੁਣ ਜਥੇਬੰਦੀਆਂ ਨਹੀਂ ਆਉਂਦੀਆਂ, ਕਹਿੰਦਾ ਸਾਰੇ ਸਿੱਖਾਂ ਨੂੰ ਪਤਾ, ਮਤਲਬ ਕਿ ਰੋ ਬੂਕ ਹੁਣ ਚੰਗੀ ਤਰ੍ਹਾਂ, ਫਿਰ ਲੋਕਾਂ ਨੂੰ ਇਕੱਠੇ ਕਰ ਲਈ। ਮੈਂ ਬੇਨਤੀ ਪੰਜਾਬ ਦੇ ਲੋਕਾਂ ਨੂੰ ਕਰਨੀ ਹੈ, ਅਸੀਂ ਇਹਨਾਂ ਲੋਕਾਂ ਨੂੰ ਨਾ ਐਡੇ ਵੱਡੇ ਬੈਲੀ ਬਣਾ ਕੇ ਪੇਸ਼ ਕਰਦੇ ਹਾਂ, ਜਿਵੇਂ ਅਜੀਤ ਪੂਲਾ ਸੀ, 2-4 ਲਗਾੜੇ ਹੋਰ ਸੀ, ਇਹਨਾਂ ਨੂੰ ਐਵੇਂ ਨਾ ਪਹਾੜਾਂ 'ਤੇ ਚੜ੍ਹਾਇਆ ਕਰੋ, ਐਡੀ ਵੱਡੀ ਇਹਨਾਂ ਦੀ ਔਕਾਤ ਹੈ ਨਹੀਂ। ਕਹਿੰਦਾ ਬਾਬੇ ਨੂੰ ਗੱਡੀ ਚਾੜ੍ਹ ਜਾਂਗੇ। ਕਿੰਨੇ ਗੱਡੀ ਚੜ੍ਹੇ ਪਹਿਲਾਂ?
ਕੋਈ ਅੱਜ ਤੱਕ ਬੰਦਾ ਜੇ ਕਿਸੇ ਦੇ ਚਾਰ ਥੱਪੜ ਮਾਰਤੇ ਪੰਜ ਲਗਾੜਿਆਂ ਨੇ ਇਕੱਠੇ ਹੋ ਕੇ, ਕੋਈ ਬੰਦਾ ਮਾਰਿਆ ਅੱਜ ਤੱਕ? ਕਿਹੜੇ ਬੰਦੇ ਨੂੰ ਮਾਰ ਕੇ ਤੁਸੀਂ ਜੇਲ੍ਹ ਵਿੱਚ ਗਏ ਹੋ? ਕਿਉਂ ਤੁਸੀਂ ਨੌਜਵਾਨਾਂ ਨੂੰ ਗੁੰਮਰਾਹ ਕਰਦੇ ਹੋ, ਫੂਕਾਂ ਦਿੰਦੇ ਹੋ ਤੁਸੀਂ? ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ, ਥੋੜ੍ਹਾ ਜਿਹਾ ਸਮਝੋ, ਥੋੜ੍ਹਾ ਜਿਹਾ ਨਾ ਗੌਰ ਕਰੋ ਵੀ ਪੰਜਾਬ ਦੇ ਵਿੱਚ ਇਹ ਬੰਦੇ ਕਿੱਦਾਂ ਗੰਦਗੀ ਪਾ ਰਹੇ ਨੇ, ਕਿੱਦਾਂ ਮਾਹੌਲ ਖਰਾਬ ਕਰ ਰਹੇ ਨੇ। ਇਹ ਬੇਨਤੀ ਪ੍ਰਵਾਨ ਕਰਿਓ, ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ, ਇਹਨਾਂ ਕਤੀੜਾਂ ਦੇ ਪਿੱਛੇ ਲੱਗ ਕੇ ਨਾ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ। ਬਾਕੀ ਮੈਂ ਬੇਨਤੀ ਇੱਕ ਹੋਰ ਕਰਨੀ ਹੈ ਇੱਕ ਮਿੰਟ ਦੇ ਵਿੱਚ ਵਿੱਚ, ਜਿਹੜੀਆਂ ਸਾਡੀਆਂ ਬੇਟੀਆਂ ਨੇ ਕੁੜੀਆਂ ਨੇ ਉਹਨਾਂ ਨੂੰ ਵੀ ਤੁਸੀਂ ਆਪ ਕੰਟਰੋਲ ਕਰੋ। ਕੁੜੀ ਯਾਰ ਆਪ ਜਾਂਦੀ ਹੈ ਡੇਰੇ ਵਿੱਚ ਅਤੇ ਅਸੀਂ ਕਹਿੰਦੇ ਹਾਂ ਬਲਾਤਕਾਰ ਹੋਇਆ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ। ਮੈਂ ਕਹਿੰਦਾ ਬਹੁਤ ਵੱਡਾ ਪਾਪ ਹੈ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜੇ ਇਹ ਕੰਮ ਹੋਇਆ, ਪਰ ਬਲਾਤਕਾਰ ਥੋੜ੍ਹੀ ਹੈ, ਇਹ ਬਲਾਤਕਾਰ ਇੱਦਾਂ ਨਹੀਂ ਹੁੰਦੇ। ਇਹ ਇੱਕ ਹੋਰ ਮੈਂ ਨੋਟ ਕਰਾ ਦੇਣਾ, ਕਹਿੰਦਾ ਮੋਗੇ ਉਹ ਕੁੜੀ ਨੂੰ ਲੈ ਕੇ ਗਿਆ ਹੋਟਲ ਦੇ ਵਿੱਚ, ਕਹਿੰਦਾ ਮੈਨੇਜਰ ਮੈਨੂੰ ਕਹਿੰਦਾ ਕੁੜੀ ਨੂੰ ਧੱਕੇ ਨਾਲ ਬਾਬਾ ਕਮਰੇ ਵਿੱਚ ਲੈ ਕੇ ਗਿਆ। ਅਤੇ ਫਿਰ ਮੈਨੇਜਰ 'ਤੇ ਪਰਚਾ ਹੋਣਾ ਚਾਹੀਦਾ ਜੇ ਕੁੜੀ ਨੂੰ ਕਮਰੇ ਵਿੱਚ ਉਹ ਬਾਬਾ ਧੱਕੇ ਨਾਲ ਲੈ ਕੇ ਜਾਂਦਾ, ਮੈਨੇਜਰ ਨੂੰ ਪਤਾ, ਫਿਰ ਮੈਨੇਜਰ ਪੁਲਿਸ ਨੂੰ ਫੋਨ ਨਹੀਂ ਕਿਉਂ ਨਹੀਂ ਕਰਦਾ ਬਈ? ਮੈਨੇਜਰ ਪੁਲਿਸ ਨੂੰ ਫੋਨ ਕਰੇ ਵੀ ਸਾਡੇ ਹੋਟਲ ਵਿੱਚ ਆਹ ਹੋ ਰਿਹਾ, ਜੋ ਕੁੜੀ ਅੰਦਰ ਮਰ ਜੇ ਜਾਂ ਕੋਈ ਹੋਰ ਕੰਮ ਹੋ ਜਾਵੇ ਫਿਰ ਕੀ ਹੋਊਗਾ? ਫਿਰ ਹੋਟਲ 'ਤੇ ਪਰਚਾ ਨਹੀਂ ਹੋਊਗਾ, ਹੋਟਲ ਦੇ ਮਾਲਕ ਨੂੰ ਨਹੀਂ ਫੜਨਗੇ, ਫਿਰ ਮੈਨੇਜਰ ਵੀ ਕਸੂਰਵਾਰ ਹੈ। ਕਿਹੋ ਜਿਹੀਆਂ ਬੇਤੁਕੀਆਂ ਤੁਸੀਂ ਗੱਲਾਂ ਕਰੀ ਜਾਂਦੇ ਹੋ ਯਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।